इसमें टोटल कितना पैसा हो गया? नॉनसेंस काम इसमें टोटल कितना पैसा हो गया? नॉनसेंस काम एक महिला उम्मीदवार नूं सिक्कियां दे नाल तोलदे समय भयानक हादसा वापरिया। दसदी है कि जिस तकड़ी दे विच महिला उम्मीदवार नूं सिक्कियां दे नाल तोलिया जा रहा सी, ओह तकड़ी टुट के सीधा ही महिला उम्मीदवार दे सिर दे विच वजदी है। दसदी है कि चंडीगढ़ दे विच बसपा उम्मीदवार ने डॉक्टर रितू सिंह ते उन्हां दे समर्थकां दे वल्लों जदों उन्हां नूं सिक्कियां दे नाल ਤੋਲਿਆ ਜਾ ਰਿਹਾ ਸੀ ਤਾਂ ਉਸ ਸਮੇਂ ਅਚਾਨਕ ਹੀ ਤੱਕੜੀ ਟੁੱਟ ਜਾਂਦੀ ਹੈ ਅਤੇ ਟੁੱਟ ਕੇ ਉਹਨਾਂ ਦੇ ਸਿਰ ਦੇ ਵਿੱਚ ਜਾ ਵੱਜਦੀ ਹੈ, ਜਿਸ ਦੇ ਕਾਰਨ ਉਹਨਾਂ ਦੇ ਸਿਰ ਤੋਂ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਤੇ ਜਦੋਂ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਤਾਂ ਉੱਥੇ ਜਾ ਕੇ ਉਹਨਾਂ ਦੇ ਸਿਰ ਦੇ ਵਿੱਚ ਕਈ ਟਾਂਕੇ ਲੱਗੇ ਨੇ। ਤਾਂ ਦੱਸ ਦਈਏ ਕਿ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਅਕਸਰ ਹੀ ਇਹ ਦੇਖਣ ਦੇ ਵਿੱਚ ਆਉਂਦਾ ਹੈ ਕਿ ਜੋ ਉਮੀਦਵਾਰ ਨੇ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਜਾਂ ਫਿਰ ਕਦੇ ਲੱਡੂਆਂ ਦੇ ਨਾਲ ਤੋਲਿਆ ਜਾਂਦਾ, ਕਦੇ ਕੇਲਿਆਂ ਦੇ ਨਾਲ ਤੋਲਿਆ ਜਾਂਦਾ, ਜਾਂ ਫਿਰ ਕਦੇ ਸਿੱਕਿਆਂ ਦੇ ਨਾਲ ਤੋਲਿਆ ਜਾਂਦਾ। ਤਾਂ ਦੱਸ ਦਈਏ ਕਿ ਇੱਥੇ ਚੰਡੀਗੜ੍ਹ ਦੇ ਵਿੱਚ ਬਸਪਾ ਦੇ ਉਮੀਦਵਾਰ ਨੇ ਡਾਕਟਰ ਰਿਤੂ ਸਿੰਘ ਤੇ ਬੀਤੇ ਦਿਨਾਂ ਜਦੋਂ ਉਹਨਾਂ ਨੂੰ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਸਿੱਕਿਆਂ ਦੇ ਨਾਲ ਤੋਲਿਆ ਜਾ ਰਿਹਾ ਸੀ ਤਾਂ ਅਚਾਨਕ ਹੀ ਤੱਕੜੀ ਟੁੱਟ ਜਾਂਦੀ ਹੈ। ਟੁੱਟਣ ਤੋਂ ਬਾਅਦ ਉਹਨਾਂ ਦੇ ਸਿਰ ਦੇ ਵਿੱਚ ਜਾ ਲੱਗਦੀ ਹੈ, ਜਿਸ ਦੇ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੁੰਦੇ ਨੇ ਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ। ਹਾਲਾਂਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ ਤਾਂ ਉਸ ਸਮੇਂ ਡਾਕਟਰ ਰਿਤੂ ਸਿੰਘ ਕਾਫੀ ਗੁੱਸੇ ਦੇ ਵਿੱਚ ਵੀ ਨਜ਼ਰ ਆਏ ਨੇ। ਇਸਮੇ ਟੋਟਲ ਕਿੰਨਾ ਪੈਸਾ ਹੋ ਗਿਆ? ਇਹ ਨੌਨਸੈਂਸ ਕਾਮ ਇਸਮੇ ਟੋਟਲ ਕਿੰਨਾ ਪੈਸਾ ਹੋ ਗਿਆ? ਇਹ ਨੌਨਸੈਂਸ ਕਾਮ ਟੋਟਲ ਕਿੰਨਾ ਪੈਸਾ ਹੋ ਗਿਆ? ਲਗਾ ਕਿਆ ਰਿਤੂ? ਲਗਾ ਕਿਆ? ਇਸਮੇ ਟੋਟਲ ਕਿੰਨਾ ਪੈਸਾ ਹੋ ਗਿਆ? ਇਹ ਨੌਨਸੈਂਸ ਕਾਮ ਇਸਮੇ ਟੋਟਲ ਕਿੰਨਾ ਪੈਸਾ ਹੋ ਗਿਆ? ਇਹ ਨੌਨਸੈਂਸ ਕਾਮ ਇੱਕ ਮਹਿਲਾ ਉਮੀਦਵਾਰ ਨੂੰ ਸਿੱਕਿਆਂ ਦੇ ਨਾਲ ਤੋਲਦੇ ਸਮੇਂ ਭਿਆਨਕ ਹਾਦਸਾ ਵਾਪਰਿਆ। ਦੱਸ ਦਈਏ ਕਿ ਜਿਸ ਤੱਕੜੀ ਦੇ ਵਿੱਚ ਮਹਿਲਾ ਉਮੀਦਵਾਰ ਨੂੰ ਸਿੱਕਿਆਂ ਦੇ ਨਾਲ ਤੋਲਿਆ ਜਾ ਰਿਹਾ ਸੀ, ਉਹ ਤੱਕੜੀ ਟੁੱਟ ਕੇ ਸਿੱਧਾ ਹੀ ਮਹਿਲਾ ਉਮੀਦਵਾਰ ਦੇ ਸਿਰ ਦੇ ਵਿੱਚ ਵੱਜਦੀ ਹੈ। ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ ਬਸਪਾ ਉਮੀਦਵਾਰ ਨੇ ਡਾਕਟਰ ਰਿਤੂ ਸਿੰਘ ਤੇ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਜਦੋਂ ਉਹਨਾਂ ਨੂੰ ਸਿੱਕਿਆਂ ਦੇ ਨਾਲ ਤੋਲਿਆ ਜਾ ਰਿਹਾ ਸੀ ਤਾਂ ਉਸ ਸਮੇਂ ਅਚਾਨਕ ਹੀ ਤੱਕੜੀ ਟੁੱਟ ਜਾਂਦੀ ਹੈ ਅਤੇ ਟੁੱਟ ਕੇ ਉਹਨਾਂ ਦੇ ਸਿਰ ਦੇ ਵਿੱਚ ਜਾ ਵੱਜਦੀ ਹੈ, ਜਿਸ ਦੇ ਕਾਰਨ ਉਹਨਾਂ ਦੇ ਸਿਰ ਤੋਂ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਤੇ ਜਦੋਂ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਤਾਂ ਉੱਥੇ ਜਾ ਕੇ ਉਹਨਾਂ ਦੇ ਸਿਰ ਦੇ ਵਿੱਚ ਕਈ ਟਾਂਕੇ ਲੱਗੇ ਨੇ। ਤਾਂ ਦੱਸ ਦਈਏ ਕਿ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਅਕਸਰ ਹੀ ਇਹ ਦੇਖਣ ਦੇ ਵਿੱਚ ਆਉਂਦਾ ਹੈ ਕਿ ਜੋ ਉਮੀਦਵਾਰ ਨੇ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਜਾਂ ਫਿਰ
ਕਦੇ ਲੱਡੂਆਂ ਦੇ ਨਾਲ ਤੋਲਿਆ ਜਾਂਦਾ, ਕਦੇ ਕੇਲਿਆਂ ਦੇ ਨਾਲ ਤੋਲਿਆ ਜਾਂਦਾ, ਜਾਂ ਫਿਰ ਕਦੇ ਸਿੱਕਿਆਂ ਦੇ ਨਾਲ ਤੋਲਿਆ ਜਾਂਦਾ। ਤਾਂ ਦੱਸ ਦਈਏ ਕਿ ਇੱਥੇ ਚੰਡੀਗੜ੍ਹ ਦੇ ਵਿੱਚ ਬਸਪਾ ਦੇ ਉਮੀਦਵਾਰ ਨੇ ਡਾਕਟਰ ਰਿਤੂ ਸਿੰਘ, ਤੇ ਬੀਤੇ ਦਿਨਾਂ ਜਦੋਂ ਉਹਨਾਂ ਨੂੰ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਸਿੱਕਿਆਂ ਦੇ ਨਾਲ ਤੋਲਿਆ ਜਾ ਰਿਹਾ ਸੀ ਤਾਂ ਅਚਾਨਕ ਹੀ ਤੱਕੜੀ ਟੁੱਟ ਜਾਂਦੀ ਹੈ। ਟੁੱਟਣ ਤੋਂ ਬਾਅਦ ਉਹਨਾਂ ਦੇ ਸਿਰ ਦੇ ਵਿੱਚ ਜਾ ਲੱਗਦੀ ਹੈ, ਜਿਸ ਦੇ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੁੰਦੇ ਨੇ ਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ। ਹਾਲਾਂਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ ਤਾਂ ਉਸ ਸਮੇਂ ਡਾਕਟਰ ਰਿਤੂ ਸਿੰਘ ਕਾਫੀ ਗੁੱਸੇ ਦੇ ਵਿੱਚ ਵੀ ਨਜ਼ਰ ਆਏ ਨੇ। ਇਸ ਵਿੱਚ ਟੋਟਲ ਕਿੰਨਾ ਪੈਸਾ ਹੋ ਗਿਆ? ਇਹ ਨੌਨਸੈਂਸ ਕਾਮ। ਇਸ ਵਿੱਚ ਟੋਟਲ ਕਿੰਨਾ ਪੈਸਾ ਹੋ ਗਿਆ? ਇਹ ਨੌਨਸੈਂਸ ਕਾਮ। ਟੋਟਲ ਕਿੰਨਾ ਪੈਸਾ ਹੋ ਗਿਆ? ਲਗਾ ਕਿਆ ਰਿਤੂ? ਲਗਾ ਕਿਆ? ਰਸਤਾ ਦੇ ਦੀਜੀਏ ਪਲੀਜ਼, ਰਸਤਾ ਦੇ ਦੀਜੀਏ।